ਅੱਜ ਅੰਮ੍ਰਿਤਸਰ ਦੇ ਉਸ ਪਰਿਵਾਰ ਦੇ ਕੋਲ ਪਹੁੰਚੇ ਹਾਂ ਜਿਹੜੇ ਕਿ ਬਹੁਤ ਹੀ ਪੁਰਾਣੇ ਸਮੇਂ ਤੋਂ ਜਿਹੜੇ ਕਿ ਇਸ ਦਾ ਰੂਪ ਜਿਹੜਾ ਕਿ ਬਜਰੰਗੀ ਜਿਹੜੇ ਬਣਦੇ ਆਏ ਨੇ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕਿ ਇਹ 80 ਸਾਲ ਦੀ ਜਿਹੜੇ ਇਹਨਾਂ ਦੀ ਉਮਰ ਹੋ ਚੁੱਕੀ ਹੈ ਅਤੇ ਜਵਾਨੀ ਬਚਪਨ ਤੋਂ ਲੈ ਕੇ ਅੱਜ ਤੱਕ ਇਹ ਲਗਾਤਾਰ ਹੀ ਵੱਖ ਵੱਖ ਰੂਪ ਜਿਹੜੇ ਕਿ ਬਜਰੰਗੀ ਦੇ ਧਾਰਨ ਕਰਦੇ ਆਏ ਨੇ। ਜਦੋਂ ਤੁਹਾਨੂੰ ਇਹ ਮੌਕਾ ਮਿਲਿਆ ਉਸ ਸਮੇਂ ਤੁਹਾਡੀ ਉਮਰ ਕਿੰਨੀ ਸੀ ਅਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਕਿ ਉਸ ਮਹਾਨ ਹਸਤੀ ਉਸ ਮਹਾਨ ਜਿਹੜੇ ਕਿ ਸੇਵਕ ਹੋਏ ਨੇ ਸ਼੍ਰੀ ਰਾਮ ਜੀ ਦੇ ਉਹਨਾਂ ਦਾ ਜਿਹੜਾ ਕਿ ਰੂਪ ਹੈ ਤੁਹਾਨੂੰ ਮਿਲ ਰਿਹਾ? ਮਹਾਰਾਜ, ਮੈਂ 1975 ਤੋਂ ਬੰਦਾ ਆ ਰਿਹਾ। ਸ਼ੌਂਕ ਮੈਨੂੰ ਪਹਿਲਾਂ ਵੀ ਹੈਗਾ ਸੀ, ਕਿਉਂਕਿ ਮੇਰੀ ਦਾਦੀ ਜਿਹੜੀ ਸੀ ਨਾ ਉਹ ਇਸ ਕੰਮ ਨੂੰ ਬੜੀ ਸ਼ੇਰ ਹੈਗੀ ਸੀ ਕਿ ਮਾਤਾ ਹੀ ਮੇਰੀ ਸ਼ੇਰ ਸੀ ਕਿ ਨਹੀਂ ਪੁੱਤਰ ਇਹ ਕੰਮ ਨਹੀਂ ਛੱਡਣਾ, ਇਹ ਤੂੰ ਕਰਨਾ ਹੀ ਕਰਨਾ ਹੈਗਾ। ਸਾਡੀ ਸਾਰੀ ਫੈਮਿਲੀ ਉਸ ਦਿਨ ਉੱਥੇ ਪਹੁੰਚ ਗਈ, ਮੇਰੀ ਗਰਾਊਂਡ ਦੇ ਖਜ਼ਾਨੇ ਵਾਲੇ ਰਾਮ ਨਾਟਕ ਕਲੱਬ ਗਈ ਸੀ ਉਸ ਜ਼ਮਾਨੇ 'ਚ, ਹੁਣ ਨਹੀਂ ਹੈਗੀ। ਸਾਰੇ ਪਹੁੰਚ ਗਏ, ਉਹਨਾਂ ਨੇ ਕਿਆ ਕਹਿੰਦਾ ਇਹ ਤੇਰੇ ਮਗਰ ਗਿਆ, ਉਹ ਮੇਰੇ ਸਾਹਮਣੇ ਹੈਗੇ ਸੀ। ਜਿਉਂ ਜਿਉਂ ਮੈਂ ਪਾਠ ਕਰੀ ਜਾ ਤੂੰ ਤਾਂ ਮੇਰਾ ਹੌਸਲਾ ਵਧੀ ਜਾਵੇ। ਜਦੋਂ ਮੈਂ ਪਹਿਲੀ ਵਾਰ ਹਨੂੰਮਾਨ ਬਣਿਆ ਨਾ ਜਿਸ ਵੇਲੇ, ਅਤੇ ਮੇਰਾ ਪਾਪਾ ਕਹਿੰਦਾ ਐਡਾ ਬੜਾ ਪਾਠ ਨੰਬਾ ਲਵੇਂਗਾ, ਕਹਿੰਦੇ ਆਹੋ ਜੀ ਕਿ ਤੂੰ ਨਹੀਂ ਨਿਭਾ ਸਕਦਾ। ਮੈਂ ਕਿਹਾ ਆਹੋ ਜੀ ਨਿਭਾਉਣਾ, ਨਿਭਾ ਕੇ ਰੱਖਣਾ। ਮੈਂ ਕਿਹਾ ਕੁਛ ਹੋਈ ਹੈ, ਮੈਂ ਮੇਰਾ ਇੱਕ ਹੀ ਕਿਹਾ ਰੋਲ ਹੋਵੇਗਾ ਨਹੀਂ, ਉਹ ਕੰਮ ਕਰੇਗਾ ਜਿੰਨਾ ਚਿਰ ਮੇਰੀ ਜ਼ਿੰਦਗੀ ਰਹੇਗੀ। ਮੈਂ ਇਸ ਰੋਲ ਨੂੰ ਕਰਨਾ ਹੀ ਕਰਨਾ ਹੈ। ਅਗਰ ਅਸੀਂ ਮੈਂ ਆਪਣੇ ਆਪ ਨੂੰ ਪਵਿੱਤਰ ਰੱਖਾਂਗੇ, ਸਾਫ਼ ਰੱਖਾਂਗੇ, ਕੁਛ ਨਾ ਕੁਛ ਮੈਂ ਸਾਨੂੰ ਹਾਸਲ ਹੋਏਗਾ। ਜੇ ਅਗਰ ਜ਼ਮੀਨ 'ਤੇ ਕਹਿੰਦੇ ਸੋਣਾ, ਜ਼ਮੀਨ 'ਤੇ ਇਸ ਕਰਕੇ ਕਹਿੰਦੇ ਨੇ ਕਿ ਹਨੂੰਮਾਨ ਦੇਵ ਜੀ ਇੰਨੀ ਤਾਕਤ ਹੈ ਕਿ ਜ਼ਮੀਨ 'ਤੇ ਉਸ ਪੁੰਜੇ ਲੰਮੇ ਵੀ ਪੈ ਜਾਣਾ, ਤੁਹਾਡੇ ਲਾਗੇ ਕੋਈ ਜਾਨਵਰ ਨਹੀਂ ਲੱਗੇਗਾ, ਕੋਈ ਕੀੜਾ ਨਹੀਂ, ਕੋਈ ਕੁਛ ਹੋਏਗਾ। ਇਸ ਕਰਕੇ ਕਿ ਅਸੀਂ ਤਾਂ ਕਿ ਪੁੰਜੇ ਹਾਸਲ ਆ ਜਾਈਦਾ। ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ 10 ਦਿਨ ਦੇ ਲਈ ਜਿਹੜਾ ਕਿ ਲੰਗੂਰ ਮੇਲਾ ਸ਼ੁਰੂ ਹੋ ਜਾਂਦਾ ਹੈ। ਸੋ ਜੇ ਗੱਲ ਕਰੀਏ ਤਾਂ ਲੰਗੂਰ ਮੇਲਾ ਦੁਨੀਆ ਭਰ ਦੇ ਵਿੱਚ ਇੱਕੋ ਸਥਾਨ ਅੰਮ੍ਰਿਤਸਰ ਵਿਖੇ ਲੱਗਦਾ ਹੈ, ਜਿੱਥੇ ਕਿ ਵੱਖ ਵੱਖ ਦੇਸ਼ਾਂ ਦੇ ਵਿੱਚ ਰਹਿੰਦੇ ਭਾਰਤੀ ਜਿਹੜੇ ਲੋਕ ਨੇ ਜਿਹੜੇ ਕਿ ਇਸ ਮੇਲੇ ਦੇ ਵਿੱਚ ਹਾਜ਼ਰੀ ਭਰਦੇ ਨੇ, ਇੱਥੇ ਆ ਕੇ ਉਹਨਾਂ ਨੂੰ ਜਿਹੜੇ ਕਿ ਹਰ ਸ਼ੁਭ ਮਨੋਕਾਮਨਾਵਾਂ ਜਿਹੜੀ ਕਿ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ। ਸੋ ਅੱਜ ਅੰਮ੍ਰਿਤਸਰ ਦੇ ਉਸ ਪਰਿਵਾਰ ਦੇ ਕੋਲ ਪਹੁੰਚੇ ਹਾਂ ਜਿਹੜੇ ਕਿ ਬਹੁਤ ਹੀ ਪੁਰਾਣੇ ਸਮੇਂ ਤੋਂ ਜਿਹੜੇ ਕਿ ਇਸ ਦਾ ਰੂਪ ਜਿਹੜਾ ਕਿ ਬਜਰੰਗੀ ਜਿਹੜੇ ਬਣਦੇ ਆਏ ਨੇ। ਸੋ ਸਭ ਤੋਂ ਪਹਿਲਾਂ ਤੁਹਾਨੂੰ ਉਹ ਫੋਟੋਆਂ ਵਿਖਾਵਾਂਗੇ ਜਿਨ੍ਹਾਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕਿ ਇਹ 80 ਸਾਲ ਦੇ ਜਿਹੜੇ ਇਹਨਾਂ ਦੀ ਉਮਰ ਹੋ ਚੁੱਕੀ ਹੈ ਅਤੇ ਜਵਾਨੀ ਬਚਪਨ ਤੋਂ ਲੈ ਕੇ ਅੱਜ ਤੱਕ ਇਹ ਲਗਾਤਾਰ ਹੀ ਵੱਖ ਵੱਖ ਰੂਪ ਜਿਹੜੇ ਕਿ ਬਜਰੰਗੀ ਦੇ ਧਾਰਨ ਕਰਦੇ ਆਏ ਨੇ। ਸੋ ਬਜਰੰਗੀ ਸੈਨਾ ਬਣਦੀ ਹੈ, ਵੱਖ ਵੱਖ ਘਰਾਂ ਦੇ ਵਿੱਚ ਜਿਹੜੇ ਕਿ ਉਹਨਾਂ ਵੱਲੋਂ ਜਾਇਆ ਜਾਂਦਾ ਹੈ, ਸੋ ਉਹਨਾਂ ਦਾ ਜਿਹੜਾ ਕਿ ਸਨਮਾਨ ਕੀਤਾ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨੇ ਇਹ ਰੂਪ ਇਹਨਾਂ ਨੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਕਿ ਬਜਰੰਗੀ ਦੇ ਧਾਰਨ ਕੀਤੇ ਨੇ। ਸੋ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਉਹਨਾਂ ਦੇ ਕੋਲ ਪਹੁੰਚੇ ਹਾਂ। ਤਕਰੀਬਨ ਜੇ ਗੱਲ ਕਰੀਏ ਤਾਂ ਉਮਰ ਵਡੇਰੀ ਹੈ ਅਤੇ ਜਿੰਨੇ ਵੀ ਇੱਥੇ ਪਾਰਟੀਆਂ ਨੇ ਜਾਂ ਹੋਰ ਨੇ ਜਿਹੜੇ ਰੂਪ ਬਜਰੰਗੀ ਸੈਨਾ ਬਣਦੀ ਹੈ, ਤਾਂ ਇਹਨਾਂ ਕੋਲ ਆ ਕੇ ਜਿਹੜੀ ਕਿ ਉਹਨਾਂ ਦੀ ਮਰਿਆਦਾ ਹੁੰਦੀ ਹੈ ਜਾਂ ਕਿਵੇਂ ਰੂਪ ਧਾਰਨਾ ਹੁੰਦਾ, ਸਭ ਇਹਨਾਂ ਕੋਲ ਸਿੱਖ ਕੇ ਜਾਂਦੇ ਨੇ। ਸੋ ਗੱਲਬਾਤ ਕਰਾਂਗੇ ਜੀ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਸਤਪਾਲ ਜੀ, ਉਸ ਸਤਪਾਲ ਜੀ ਨਾਂ ਹੈ ਅਤੇ ਲੋਕ ਹਨੂੰਮਾਨ ਜੀ ਕਹਿੰਦੇ ਨੇ। ਹਨੂੰਮਾਨ ਜੀ ਨਾਮ ਕਿਵੇਂ ਪਿਆ? ਹਨੂੰਮਾਨ ਜੀ ਨਾਮ ਐਸਾ ਪਿਆ, ਮੈਂ ਰਾਮਲੀਲਾ ਦੇ ਵਿੱਚ ਨਾ ਗਿਆ, ਰਾਮਲੀਲਾ ਦੇਖਣ ਵਾਸਤੇ, ਅਤੇ ਉੱਥੇ ਮਤਲਬ ਕਿ ਉਹਨਾਂ ਦਾ ਹਨੂੰਮਾਨ ਨਹੀਂ ਆਇਆ ਜਿਸ ਸ਼ੋਕ ਵਾੜਕਾ ਸੀ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹਨੂੰਮਾਨ ਦਾ ਪਾਠ ਕਰੇਗਾ। ਮੈਂ ਕਿਹਾ ਆਹੋ ਜੀ ਜ਼ਰੂਰ ਕਰਾਂਗਾ, ਇਹ ਗੱਲ ਕਿ ਨਹੀਂ ਕਰਾਂਗਾ, ਪਰ ਮੈਨੂੰ ਇੱਕ ਰਾਤ ਦਾ ਮੌਕਾ ਮਿਲਣਾ ਚਾਹੀਦਾ। ਉਹਨਾਂ ਨੇ ਉਸ ਐਲਾਨ ਕਰਤਾ ਕਿ ਅੱਜ ਦੀ ਰਾਮਲੀਲਾ ਇੱਥੇ ਸਮਾਪਤ ਹੀ ਕਰਨੀ ਹੈ, ਰਾਮ ਕੱਲ੍ਹ ਤੋਂ ਮੇਰੀ ਕਰਾਂਗੇ, ਕਿਉਂਕਿ ਸਾਡਾ ਹਨੂੰਮਾਨ ਅੱਜ ਨਹੀਂ ਆਇਆ। ਇਸ ਕਰਕੇ ਅਸੀਂ ਲਾਡੀ ਹਨੂੰਮਾਨ ਨੂੰ ਜੁੜਿਆ ਅਤੇ ਲਾਡੀ ਨੂੰ ਮਤਲਬ ਕਿ ਅਸੀਂ ਕਹਿੰਦੇ ਹਾਂ ਕਿ ਤੂੰ ਪਾਠ ਕਰ,
ਮੈਂ ਕਿਹਾ ਮੈਨੂੰ ਸਮਾਂ ਮਿਲੇਗਾ? ਕਹਿੰਦਾ ਹੋ ਮਿਲੇਗਾ। ਮੈਂ ਕਹਿੰਦਾ ਜੀ ਤੁਹਾਨੂੰ ਕਹਿੰਦਾ ਟਾਈਮ 24 ਘੰਟੇ ਦਾ, ਜੇ 24 ਘੰਟਿਆਂ ਵਿੱਚ ਸਭ ਕੁਝ ਯਾਦ ਕਰ ਦੇਣਗੇ ਉਹ, ਜੇ ਸਮਝੋ ਤੁਸੀਂ ਮੇਰਾ ਪਾਰ ਹੈਗਾ, ਜੇ ਨਾ ਆਇਆ ਤਾਂ ਫਿਰ ਮਾੜਾ ਮੋਟਾ ਜਿੰਨਾ ਹੋਏਗਾ ਉਹਨਾਂ ਕਰਾ ਲਾਂਗੇ। ਮੈਂ ਉਸ ਰਾਤ ਨੂੰ ਸਾਰੀ ਰਾਤ ਮੈਂ ਪੱਤਰਕਾਲੀ ਪੁਲ ਦੇ ਉੱਤੇ ਬਹਿ ਕੇ ਯਾਦ ਕਰਦਾ ਰਿਹਾ, ਐਕਟਿੰਗ ਸਿੱਖਦਾ ਰਿਹਾ, ਜੋ ਕਿ ਸੀ ਸੀਨ ਸਾਰੇ ਮੈਂ ਕੀਤੇ। ਸ਼ਾਮ ਨੂੰ 7 ਵਜੇ ਤਿਆਰ ਹੋ ਕੇ ਮੈਂ ਸਟੇਜ 'ਤੇ ਪਹੁੰਚ ਗਿਆ। ਜੇ ਪਹੁੰਚਿਆ ਤਾਂ 9 ਵਜੇ ਚਾਲੂ ਹੋਣੀ ਸੀ। ਮੈਨੂੰ ਬੰਦਿਆਂ ਨੇ ਸਮਝਾਇਆ, ਮੁੰਡਿਆਂ ਨੇ ਸਮਝਾਇਆ ਕਿ ਲਾਲੀ ਇਹ ਪਾਠ ਨਹੀਂ ਛੱਡਣਾ ਹੈ, ਸਾਰੀ ਜ਼ਿੰਦਗੀ ਆ ਤਾਂ ਕੰਮ ਮਤਲਬ ਹੈਗਾ ਹੀ ਸੌਦਾ, ਜੇ ਤੂੰ ਪੂਰਾ ਉਤਰ ਗਿਆ ਤਾਂ ਤੇਰਾ ਬੇੜਾ ਪਾਰ ਹੈ। ਮੈਂ ਭਗਵਾਨ ਰਾਮ ਜੀ ਨੂੰ ਯਾਦ ਕੀਤਾ, ਲਕਸ਼ਮਣ ਨੂੰ ਯਾਦ ਕੀਤਾ, ਸੀਤਾ ਮਾਤਾ ਨੂੰ ਯਾਦ ਕੀਤਾ। ਮੈਂ ਕਿਹਾ ਮੈਂ ਪਕੜਨਾ ਹੀ ਕਰਨਾ, ਕੁਝ ਹੈ ਕੱਪੜੇ ਕੁਪੜੇ ਸਭ ਕੁਝ ਦੇਤਾ ਉਹਨਾਂ ਨੇ ਤਿਆਰ, ਬਿਲਕੁਲ ਹਨੂੰਮਾਨ ਲੱਗੇ ਦੁਨੀਆ। ਜਿਹੜੇ ਮੈਂ ਪੜ੍ਹਦੇ ਤਾਂ ਗਿਆ ਅਤੇ ਪਤਾ ਲੱਗਾ ਕਿ ਵਾਕਈ ਦੁਨੀਆ ਮੰਨਦੀ ਪਈ ਇਸ ਗੱਲ ਨੂੰ, ਤੌੜੀਆਂ ਵੱਜ ਗਈਆਂ ਉੱਥੇ। ਅਤੇ ਸਾਡੇ ਡਾਇਰੈਕਟਰ ਸਾਹਿਬ ਪਿਆਰਾ ਲਾਲ ਜੀ ਜਿਹੜੇ ਹੈਗੇ ਸੀ ਸ਼ਰਮਾ, ਉਹਨੇ ਕਿਹਾ ਤੂੰ ਮੈਂ ਤੇਰੇ ਮਗਰ ਗਾ, ਮੈਂ ਥਾਪੀ ਦਿੱਤੀ, ਚੱਲ ਬਈ। ਆਪਾਂ ਗਏ ਉਹਦੇ 'ਤੇ ਵਾਂਸ 'ਤੇ ਚੜ੍ਹੇ, ਚੜ੍ਹ ਕੇ ਉੱਥੋਂ ਸਲਾਮ ਮਾਰੀ ਥੱਲੇ, ਜੈ ਸ਼੍ਰੀ ਰਾਮ, ਮਾਤਾ ਜੀ ਪ੍ਰਣਾਮ। ਮੈਂ ਮਤਲਬ ਅਯੋਧਿਆ 'ਤੇ ਆਇਆ, ਜੋ ਇੰਨਾ ਕਹਿ ਕੇ ਅਤੇ ਮੈਂ ਉੱਥੇ ਚਾਲੂ ਕਰਤਾ। ਉੱਥੇ ਤੌੜੀਆਂ ਵੱਜ ਗਈਆਂ, ਤੌੜੀਆਂ ਜੇ ਤੌੜੀਆਂ ਵੱਜ ਗਈਆਂ, ਸੀਨ ਮੇਰਾ ਸੈੱਟ ਹੋ ਗਿਆ। ਉਹਨਾਂ ਮੈਨੂੰ ਫਿਰ ਬੁਲਾਇਆ, ਬੋਲ ਬਈ, ਬੋਲਿਆ ਸਭ ਕੁਛ, ਮੇਰੀ ਮਾਤਾ ਜੀ ਇਹ ਗੱਲਬਾਤ, ਇਹ ਗੱਲਬਾਤ, ਇਹ ਮੁੰਦਰੀ ਲੈ ਗਿਆ ਜੀ, ਇਹ ਹੈਗਾ ਜੀ। ਅਤੇ ਉਹਨਾਂ ਨੇ ਕਿਹਾ, ਕਹਿੰਦੇ ਕੋਈ ਗੱਲ ਨਹੀਂ ਜੀ। ਉਹਨਾਂ ਨੇ 5 ਮਿੰਟ ਤੋਂ ਪਹਿਲੇ ਮਤਲਬ ਬੰਦ ਕਰਤਾ ਸੀ। ਉਸ ਵੇਲੇ ਸ਼੍ਰੀ ਰਾਮ ਜੀ ਦੇ ਅਨੰਨ ਸੇਵਕ ਹੋਏ ਨੇ ਹਨੂੰਮਾਨ ਜੀ, ਜਦੋਂ ਤੁਹਾਨੂੰ ਇਹ ਮੌਕਾ ਮਿਲਿਆ ਉਸ ਸਮੇਂ ਤੁਹਾਡੀ ਉਮਰ ਕਿੰਨੀ ਸੀ ਅਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਕਿ ਉਸ ਮਹਾਨ ਹਸਤੀ, ਉਸ ਮਹਾਨ ਜਿਹੜੇ ਕਿ ਸੇਵਕ ਹੋਏ ਨੇ ਸ਼੍ਰੀ ਰਾਮ ਜੀ ਦੇ, ਉਹਨਾਂ ਦਾ ਜਿਹੜਾ ਕਿ ਰੂਪ ਹੈ ਤੁਹਾਨੂੰ ਮਿਲ ਰਿਹਾ? ਮਹਾਰਾਜ ਜੀ, ਮੈਂ 1975 ਤੋਂ ਬੰਦਾ ਆ ਰਿਹਾ। ਸ਼ੌਂਕ ਮੈਨੂੰ ਪਹਿਲਾਂ ਵੀ ਹੈਗਾ ਸੀ, ਕਿਉਂਕਿ ਮੇਰੀ ਦਾਦੀ ਜਿਹੜੀ ਸੀ ਨਾ, ਉਹ ਇਸ ਕੰਮ ਨੂੰ ਬੜੀ ਸ਼ੇਰ ਹੈਗੀ ਸੀ, ਕਿ ਮਾਤਾ ਜੀ ਮੇਰੀ ਸ਼ੇਰ ਸੀ ਕਿ ਨਹੀਂ ਪੁੱਤਰ ਇਹ ਕੰਮ ਨਹੀਂ ਛੱਡਣਾ, ਇਹ ਤੂੰ ਕਰਨਾ ਹੀ ਕਰਨਾ ਹੈਗਾ। ਕਹਿੰਦੇ ਅਸੀਂ ਤੁਹਾਡੇ ਤੇਰੇ ਮਗਰ ਹੈਗੇ ਹਾਂ, ਸਾਡੀ ਸਾਰੀ ਫੈਮਿਲੀ ਉਸ ਦਿਨ ਉੱਥੇ ਪਹੁੰਚ ਗਈ। ਮੇਰੀ ਗਰਾਊਂਡ ਦੇ ਖਿਆਨੇ ਵਾਲੇ ਰਾਮ ਨਾਟਕ ਕਲੱਬ ਗਈ ਸੀ ਉਸ ਜ਼ਮਾਨੇ 'ਚ, ਹੁਣ ਨਹੀਂ ਹੈਗੀ। ਅਤੇ ਸਾਰੇ ਪਹੁੰਚ ਗਏ, ਉਹਨਾਂ ਨੇ ਕਿਹਾ, ਕਹਿੰਦਾ ਅਸੀਂ ਤੇਰੇ ਮਗਰ ਗਿਆ। ਉਹ ਮੇਰੇ ਸਾਹਮਣੇ ਹੈਗੇ ਸੀ, ਜਿਉਂ ਜਿਉਂ ਮੈਂ ਪਾਠ ਕਰੀ ਜਾਂ ਤੂੰ ਤਾਂ ਮੇਰਾ ਹੌਸਲਾ ਵਧੀ ਜਾਵੇ। ਕਿ ਮਾਂ ਵੀ, ਦਾਦੀ ਵੀ, ਪਿਓ ਵੀ, ਸਾਰੇ ਆ ਗਏ। ਜਦੋਂ ਮੈਂ ਪਹਿਲੀ ਵਾਰ ਹਨੂੰਮਾਨ ਬਣਿਆ ਨਾ, ਜਿਸ ਵੇਲੇ ਤਾਂ ਮੇਰਾ ਪਾਪਾ ਕਹਿੰਦਾ ਐਡਾ ਬੜਾ ਪਾਠ ਨਿਭਾ ਲਏਗਾ, ਕਹਿੰਦੇ ਆਹੋ ਜੀ, ਕਿ ਤੂੰ ਨਹੀਂ ਨਿਭਾ ਸਕਦਾ। ਮੈਂ ਕਿਹਾ ਆਹੋ ਜੀ, ਨਿਭਾਉਣਾ, ਨਿਭਾ ਕੇ ਰੱਖਣਾ। ਮੈਂ ਕਿਹਾ ਕੁਛ ਇਹ ਹੈ, ਮੈਂ ਮੇਰਾ ਇੱਕ ਹੀ ਕਿਹਾ, ਰੋਣ ਰੋਗਾ ਨਹੀਂ, ਉਹ ਕੰਮ ਕਰੇਗਾ ਜਿੰਨਾ ਚਿਰ ਮੇਰੀ ਜ਼ਿੰਦਗੀ ਰਹੇਗੀ। ਮੈਂ ਇਸ ਰੋਲ ਨੂੰ ਕਰਨਾ ਹੀ ਕਰਨਾ ਹੈ, ਭਾਵੇਂ ਇਸ ਮੇਰੇ ਪੈਰ 'ਤੇ ਸੱਟ ਲੱਗੀ ਹੋਈ ਹੈ ਪਿਛਲੇ ਨਰਾਤਿਆਂ ਦੀ, ਐਡਾ ਟੋਇਆ ਪੈ ਗਿਆ ਸੀ, ਪਤਾ ਨਹੀਂ ਤੇਜ਼ਾਬ ਲੱਗਾ ਕਿ ਉਹ ਬਾਜ਼ਾਰ ਨੰਗੇ ਪੈਰੀ। ਦੁਸਹਿਰੇ ਅਗਲੇ ਦਿਨ ਦੀ ਗੱਲ ਹੈ, ਮੈਂ ਬਿਮਾਰ ਸੀ ਪਿਛਲੇ ਸਾਹਿਬ, ਅਤੇ ਬਿਮਾਰ ਹੋਣ ਨਾਲ ਐਡਾ ਸ਼ੇਕ ਪੈ ਗਿਆ। ਚਲੋ ਉੱਥੇ ਮੈਂ ਰਾਮ ਤੀਰਥ ਨਹਾ ਕੇ ਆਇਆ, ਆਣ ਕੇ ਮੇਰੇ ਪੈਰ ਦਾ ਸਾਰਾ ਮਾਸ ਮੂਸ ਜਿਹਾ ਲੱਥ ਚੁੱਕਾ ਸੀ। ਉਸ ਵੇਲੇ ਮੈਂ ਡਾਕਟਰ ਨੂੰ ਦੱਸਿਆ, ਉਹ ਕਹਿੰਦਾ ਕਿ ਟਾਈਮ ਲੱਗੇਗਾ ਇਹਨੂੰ। ਜੇ ਪਿਛਲੇ ਨਰਾਤੇ ਗਏ ਨੇ, ਇਸ ਨਰਾਤੇ ਬਿਲਕੁਲ ਠੀਕ ਹੋ ਗਿਆ ਸੀ ਪੈਰ। ਫਿਰ ਦੁਸਹਿਰੇ ਉਹਦੇ ਦੂਜੇ ਦਿਨ, ਮਤਲਬ ਜਿਸ ਦਿਨ ਨਰਾਤੇ ਖਤਮ ਹੁੰਦੇ ਨੇ, ਫਿਰ ਚਾਲੂ ਉੱਪਰ ਗਿਆ। ਹੁਣ ਐਡਾ ਵੱਡਾ ਸ਼ੇਕ ਹੋਇਆ ਸੀ, ਉਹ ਬੰਦ ਹੋਇਆ ਅੱਜ ਤੋਂ 10 ਮਹੀਨੇ ਜਾਂ 15 ਦਿਨ ਪਹਿਲਾਂ ਠੀਕ ਹੋ ਗਿਆ। ਉਹ ਠੀਕ ਹੋਣ ਦਾ ਜਿਹੜਾ ਟਾਈਮ ਨਿਕਲਿਆ,
ਕਿ ਮੈਂ 2-3 ਦਿਨ ਹੋ ਗਏ ਨੇ, ਮੈਂ ਠੀਕ ਨਹੀਂ ਗਾ ਸੀ, ਮੈਂ ਆਪੇ ਕਦ ਤੁਰ ਨਹੀਂ ਸਕਦਾ ਸੀ ਪਿੰਡ ਦਾ। ਮੈਂ ਤੁਸੀਂ ਮੈਨੂੰ ਕੋਈ ਮਹਾਰਾਜ ਜੀ ਦੇ ਦਰਸ਼ਨ ਕਰਾ ਕੇ ਲਿਆਓ ਸੀਤਲਾ ਮੰਦਰ। ਉਹ ਮੈਨੂੰ ਸੀਤਲਾ ਮੰਦਰ ਲੈ ਗਏ ਸਾਰੇ ਇਸ ਘਰ ਦੇ, ਇਹਨਾਂ ਨੇ ਮੈਨੂੰ ਮੱਥਾ ਟਿਕਾਇਆ ਅਤੇ 4 ਦਿਨ ਹੋ ਗਏ ਜਾਂਦਿਆਂ। ਕੱਲ੍ਹ ਜੈ ਸ਼੍ਰੀ ਰਾਮ ਦਾ ਨਾਰਾ ਲਗਾਇਆ ਅਤੇ ਕੱਲ੍ਹ ਮੈਂ ਬਣ ਗਿਆ, ਉਸੇ ਵੇਲੇ ਬਣ ਕੇ ਮਤਲਬ ਕਿ ਜੈ ਜੈਕਾਰ ਹੋ ਗਈ। 1975 ਦੀ ਤੁਸੀਂ ਗੱਲ ਕਰਦੇ ਹੋ, ਸ਼ੁਰੂਆਤ ਹੋਈ ਹੈ ਉਸ ਸਮੇਂ। ਜੇ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ, ਜਿਵੇਂ ਲੰਗੂਰ ਮੇਲਾ ਇੱਕੋ ਸਥਾਨ ਜਿੱਥੇ ਕਿ ਇਹ ਲੰਗੂਰ ਮੇਲਾ ਲੱਗਦਾ ਅਤੇ ਵੱਖ ਵੱਖ ਜਿਹੜੇ ਬਜਰੰਗੀ ਸੈਨਾ ਜਿਹੜੇ ਕੱਢਦੇ ਨੇ, ਉਸ ਸਮੇਂ ਸ਼ਹਿਰ ਦੇ ਵਿੱਚ ਕਿੰਨੀਆਂ ਕੁ ਮਤਲਬ ਪਾਰਟੀਆਂ ਹੁੰਦੀਆਂ ਸੀ? ਅੱਜ ਦੇਖਿਆ ਜਾਵੇ ਤਾਂ ਬਹੁਤ ਬੱਚਿਆਂ ਨੂੰ ਚਾਅ ਹੁੰਦਾ, ਬੱਚੇ 10 ਦਿਨ ਬਿਲਕੁਲ ਵੇਸ਼ ਭੂਸ਼ਾ ਦੇ ਵਿੱਚ ਰਹਿੰਦੇ ਨੇ, ਮਰਿਆਦਾ ਅਨੁਸਾਰ ਰਹਿੰਦੇ ਨੇ, ਉਸ ਸਮੇਂ ਕਿੰਨੇ ਸ਼ਹਿਰ ਦੇ ਵਿੱਚ ਹੁੰਦੀਆਂ? ਦੇਖੋ ਜੀ, 1975 ਅਸੀਂ ਪਹਿਲੀ ਵਾਰੀ ਮਤਲਬ ਕਿ ਮਸਾਨ ਘਾਟ ਦੇ ਨਾਲ ਗੰਗਾ ਰਾਮ ਜੀ ਦਾ ਅਖਾੜਾ ਹੈਗਾ ਸੀ, ਜਿੱਥੇ ਮਾਸਟਰ ਮਤਲਬ ਕਿ ਗੁਰੂ ਜੀ ਮਹਾਰਾਜ ਸੁੰਦਰ ਦਾਸ ਜੀ ਰਾਓ ਵਾਲੇ ਉੱਥੇ ਹੁੰਦੇ ਸੀ। ਮੈਨੂੰ ਸੁੰਦਰ ਦਾਸ ਜੀ ਕਹਿੰਦੇ ਯਾਰ ਸਾਡੀ ਟੋਲੀ 'ਚ ਆ ਜਾ ਤੂੰ। ਮੈਂ ਕਿਹਾ ਯਾਰ ਮੈਂ ਆਵਾਂਗਾ ਜ਼ਰੂਰ, ਪਰ ਮਾਣ ਨਾਲ ਆਵਾਂਗਾ, ਇੱਜ਼ਤ ਨਾਲ ਆਵਾਂਗਾ। ਆਪਾਂ ਗਏ ਸਾਰੇ ਨੇ, ਆਪਾਂ ਸਾਰੇ ਨੇ ਗਏ। ਉਹਨਾਂ ਨੂੰ ਕਿਹਾ ਵੀ ਇਹ ਗੱਲਬਾਤ ਹੈ ਕਿ ਜੋ ਅਸੀਂ ਕਰਾਂਗੇ ਸਾਨੂੰ ਟੋਕਰਾ ਨਹੀਂ ਹੈਗਾ। ਆਪਾਂ ਉੱਥੇ ਚੱਕੀਆਂ ਗੱਡੀਆਂ, ਆਪਾਂ ਜੋ ਗਈ ਤਾਂ ਮੈਂ ਉਹ ਮੰਨ ਗਿਆ ਇਸ ਗੱਲ ਨੂੰ, ਯਾਰ ਇਹ ਮੁੰਡਾ ਮਿਹਨਤੀ ਹੈਗਾ ਅਤੇ ਇਹਨੂੰ ਜ਼ਰੂਰ ਰੱਖਣਾ ਸੀ। ਆਪਾਂ ਉੱਥੇ ਘੱਟ ਤੋਂ ਘੱਟ ਨਹੀਂ ਤਾਂ 75, 80 ਸਾਲ ਗਿਆ ਸਾਨੂੰ, ਅਤੇ ਉਦੋਂ ਤੱਕ ਮੈਂ ਰੋਲ ਕਰਦਾ ਉੱਥੇ ਕਰਦਾ ਰਿਹਾ ਰੋਲ। ਉਹਦੇ ਬਾਅਦ ਕੋਈ ਬਈ ਇਹ ਹੋਇਆ ਕਿ ਲੰਗੂਰ ਉਦੋਂ ਘੱਟ ਹੁੰਦਾ ਸੀ, ਹੁੰਦੇ ਵੀ ਸੀ, ਬਹੁਤ ਜ਼ਿਆਦਾ ਵੀ ਹੁੰਦੇ ਸੀ ਕਿਸੇ ਸਾਲ, ਕਿਸੇ ਘੱਟ ਵੀ ਹੁੰਦੇ ਸੀ। 1980 ਦੇ ਇਲਾਕੇ ਅਤੇ 85 ਤੱਕ ਉਹ ਟਾਈਮ ਹੀ ਇਹੋ ਜਿਹਾ ਹੈਗਾ ਸੀ ਕਿ ਨਾ ਉਹ ਲੋਕ ਬਾਹਰ ਨਿਕਲਦੇ ਸੀ, ਨਾ ਉਹ ਮਤਲਬ ਕਿ ਆਉਂਦੇ ਜਾਂਦੇ ਸੀ ਕਿਤੇ, ਅਤੇ ਉਹ ਲੋਕ ਸਾਈਕਲਾਂ 'ਤੇ ਜਾਂ ਰਸ਼ਕਾਂ 'ਤੇ ਬਹਿ ਕੇ ਆਉਣਾ, ਆ ਕੇ ਮੱਥਾ ਟੇਕ ਕੇ ਚੱਲ ਜਾਣਾ ਕਰਨਾ। ਮੈਂ ਇੰਨਾ ਸ਼ੌਂਕ ਨਹੀਂ ਹੈਗਾ ਸੀ 80 ਤੋਂ 85 ਤੱਕ। ਜਿਵੇਂ ਕਿ ਰੂਪ ਧਾਰਨ ਦੀ ਗੱਲ ਕੀਤੀ ਹੈ, ਹਨੂੰਮਾਨ ਜੀ ਦਾ ਰੂਪ ਜਾਂ ਰਾਮਲੀਲਾ ਦੇ ਵਿੱਚ ਰਾਮ ਜੀ ਦਾ ਸੀਤਾ ਜੀ ਦਾ ਰੋਲ ਕੀਤੇ ਜਾਂਦੇ ਨੇ, ਇੱਕ ਮਰਿਆਦਾ ਹੁੰਦੀ ਹੈ ਅਤੇ ਉਹ ਮਰਿਆਦਾ ਦਾ ਕਿੰਨਾ ਕੁ ਧਿਆਨ ਰੱਖਣਾ ਚਾਹੀਦਾ, ਕਿਵੇਂ ਦੀ ਮਰਿਆਦਾ ਹੋਣੀ ਚਾਹੀਦੀ ਹੈ? ਕਿਉਂਕਿ ਜਿਵੇਂ ਅੱਜ ਕੱਲ੍ਹ ਦੇ ਸਮੇਂ 'ਚ ਵੇਖੀਏ ਤਾਂ ਮਰਿਆਦਾ ਕਾਫੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਜੇ ਕੋਈ ਗੱਲ ਦੱਸਣਾ ਕੀ ਹੈ, ਮਰਿਆਦਾ ਹੁੰਦੀ ਹੈ ਆਪਣੇ ਹੱਥ, ਜੇ ਮਰਿਆਦਾ ਤੋੜ ਲਓ ਤਾਂ ਕੋਈ ਹੱਥ ਨਹੀਂ। ਇਹ ਚਾਹੀਦਾ ਸਾਨੂੰ ਆਪਣੇ ਆਪ ਨੂੰ ਕੰਟਰੋਲ ਕਰਕੇ ਰੱਖਣਾ ਚਾਹੀਦਾ, ਅਤੇ ਬਾਕੀ ਹੁਣ ਅੱਜ ਕੱਲ੍ਹ ਦੇ ਮੁੰਡੇ ਤੁਹਾਨੂੰ ਪਤਾ ਹੀ ਅਜਿਹੇ ਹੋਏ ਗਏ ਨੇ, ਕਿਸੇ ਨੂੰ ਕਹਿੰਦੇ ਵੀ ਇਹ ਕੰਮ ਨਹੀਂ ਕਰਨਾ, ਉਹ ਕਹਿੰਦੇ ਨਹੀਂ ਅਸੀਂ ਕਰਨਾ ਹੀ ਕਰਨਾ ਹੈਗਾ, ਤੁਸੀਂ ਜੋ ਮਰਜ਼ੀ ਕੱਢ ਲਓ, ਸਾਨੂੰ ਬਸ਼ੱਕ ਬਾਹਰ ਕੱਢ ਦਿਓ, ਪਾਰਟੀ 'ਚੋਂ ਬਾਹਰ ਕੱਢ ਦਿਓ। ਆਪਾਂ ਮੇਰੀ 63 ਮੁੰਡੇ ਮੈਂ ਬਣਾਉਂਦਾ ਰਿਹਾ ਇੱਥੇ ਆਪਣੇ ਘਰ ਦੇ ਵਿੱਚ, ਅਤੇ ਇੰਨੀਆਂ ਕੁ ਮਤਲਬ ਵੀਡੀਓ ਐਡੇ ਮਤਲਬ ਗੱਲਬਾਤ ਬਣੀ, ਫਿਰ ਲੋਕ ਲੈ ਲੂਗੇ ਜਿਹੜੇ ਜਿਹੜਾ ਦੇਖਣੀਆਂ ਸੀ। ਮੈਂ ਆਪਣੇ ਕੋਲ ਰੱਖਿਆ ਵੀ ਕੋਈ ਨਹੀਂ, ਇਹ ਫੋਟੋਆਂ ਰੱਖੀਆਂ ਹੀ ਸਾਂਭ ਕੇ ਦੀ। ਜਿਵੇਂ ਕਿ ਅੱਜ ਕੱਲ੍ਹ ਟੋਲੀਆਂ ਬਣਦੀਆਂ ਨੇ, ਟੋਲੀਆਂ ਬਣਾ ਕੇ ਜਾਂਦੇ ਨੇ, ਕਿੰਨੇ ਰੂਪ ਹੁੰਦੇ ਨੇ? ਜਿਵੇਂ ਖਾਸ ਕਰਕੇ ਹੁਣ ਪਿੱਛੇ ਜੇ ਕਿਹਾ ਗਿਆ ਸੀ ਕਿ ਬਾਹੂਬਲੀ ਰੂਪ ਜਿਹੜਾ ਨਹੀਂ ਧਾਰਨ ਕਰਵਾ ਦਿੱਤਾ ਜਾਏਗਾ, ਅਤੇ ਕਿੰਨੇ ਕੁ ਰੂਪ ਧਾਰਨ ਹੁੰਦੇ? ਦੇਖੋ ਜੀ, ਗੱਲਬਾਤ ਕੀ ਹੈ, ਪਰਮਾਤਮਾ ਇੱਕ ਵੀ ਹੋਈ ਹੈ ਅਤੇ 10 ਵੀ ਹੋਏ ਅਤੇ 1000 ਵੀ ਹੋਈ ਹੈ। ਅਗਰ ਅਸੀਂ ਬਾਹੂਬਲੀਆ ਕਹਿੰਦੇ ਹੋ, ਸਾਰੀ ਦੁਨੀਆ ਕਹਿੰਦੀ ਪਈ ਹੈ, ਇਹੀ ਉਹਨਾਂ ਕੀ ਅਸੀਂ ਕਰਦੇ ਸਭ ਵੀ ਕਰ ਦਿੱਤਾ, ਪਰ ਬਾਹੂਬਲੀ ਦਾ ਕੰਮ ਹੈਗਾ ਫਿਲਮੀ ਲਾਈਨ ਦੇ ਵਿੱਚ। ਜੇ ਇੱਥੇ ਫਿਰ ਬਾਹੂਬਲੀ ਦਾ ਕੰਮ ਜੇ ਐਡੇ ਮਤਲਬ ਐਡੇ ਵੱਡੇ ਬੰਦੇ ਅਤੇ ਐਡੇ ਲੱਭਣੇ ਬੜੇ ਮੁਸ਼ਕਲ ਹੈਗੇ ਨੇ, ਫਿਰ ਉਹਨਾਂ ਦੇ ਮੂੰਹ ਵੀ ਬੜੇ ਖੁੱਲ੍ਹੇ ਹੋਏ ਨੇ। ਖੁੱਲ੍ਹੇ ਅਸਾਂ ਹੈ ਕਿ ਪਹਿਲਾਂ ਪੈਸੇ ਮੰਗਦਾ ਕਹਿੰਦਾ ਕੰਮ ਬਾਅਦ 'ਚ ਕਰਾਉਂਦਾ, ਕਿ ਜਿਹਨੇ ਬੰਦੇ ਨੇ 10-10 ਹਜ਼ਾਰ, 20-20 ਹਜ਼ਾਰ ਰੁਪਇਆ ਲਾਇਆ ਹੈ, ਵਰਦੀਆਂ ਸਵਾਈਆਂ ਹੀ ਹੈ, ਮਤਲਬ ਆਪਾਂ ਐਵੇਂ ਕਿਸੇ ਨਿੰਦਿਆ ਵੀ ਨਹੀਂ ਕਰਨੀ ਅਤੇ ਚੁਗਲੀ ਵੀ ਨਹੀਂ ਕਰਨੀ। ਇਹਨਾਂ ਬਾਹੂ ਗੱਲ ਕਿ ਬਾਹੂਬਲੀ ਜਿਹੜਾ ਨਹੀਂ,
ਇੰਨੇ ਹੀ ਬਣਨੇ ਚਾਹੀਦੇ। ਜੇਕਰ ਬਣ ਗਏ ਇਹ ਸਾਰੇ ਹਨੂੰਮਾਨ ਬਾਹੂਬਲੀ ਬਣ ਕੇ ਜਾਣਗੇ ਅਤੇ ਸਾਡੇ ਮੰਦਰ ਵਾਲੇ ਜਿੰਨੇ ਸੇਵਕ ਹੋਏ ਨੇ ਉਹ ਤੰਗ ਹੋਣਗੇ, ਜਨਤਾ ਖਰਾਬ ਹੋਏਗੀ, ਉਹਦਾ ਫਾਇਦਾ ਕੋਈ ਨਹੀਂ ਹੈਗਾ। ਕਿ ਇੱਕ ਬੰਦਾ ਹੋਵੇ 7 ਫੁੱਟ ਦਾ, 8 ਫੁੱਟ ਦਾ, ਉਹਦੇ ਵਿੱਚ ਆਏ 4 ਫੁੱਟ ਦਾ, 5 ਫੁੱਟ ਦਾ, ਉਹ ਬੰਦੇ ਨੂੰ ਕਿੰਨਾ ਬਾਹੂਬਲੀ ਜਾਪਿਆ ਕਿ ਬੰਦਾ ਹੈਗਾ। ਮਰਿਆਦਾ ਦੀ ਗੱਲ ਕੀਤੀ ਸੀ, ਇਹਨਾਂ ਦਿਨਾਂ ਦੇ ਵਿੱਚ ਮਰਿਆਦਾ ਕਿਹੜੀ ਕਿਹੜੀ ਹੁੰਦੀ ਹੈ, ਖਾਸ ਕਰਕੇ ਜਿਵੇਂ ਨੰਗੇ ਪੈਰ ਚੱਲਣਾ, ਇੱਥੇ ਇਹ ਚੀਜ਼ ਖਾਣੀ, ਆਹ ਚੀਜ਼ ਨਹੀਂ ਖਾਣੀ ਹੈਗੀ, ਜਾਂ ਕਿਵੇਂ ਰਹਿਣਾ, ਕਿਵੇਂ ਸੋਣਾ, ਉਹ ਸਾਰੀ ਥੋੜ੍ਹੀ ਜਿਹੀ ਮਰਿਆਦਾ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਥੋੜ੍ਹੀ ਦੱਸ। ਦੇਖੋ ਜੀ, ਗੱਲ ਇਹ ਮਰਿਆਦਾ ਇਸ ਕਰਕੇ ਬਣਾਈ ਗਈ ਹੈ, ਬੰਦੇ ਹਰ ਇੱਕ ਆਦਮੀ ਕਹਿੰਦਾ ਕਿ ਮੈਂ ਸੁੱਚਾ ਪਵਿੱਤਰ ਰਹਾਂ, ਜੇਕਰ ਨਾ ਮੈਂ ਸੁੱਚਾ ਪਵਿੱਤਰ ਰਹਾਂਗਾ ਤਾਂ ਪੁਨੀਤ ਹੋਵਾਂਗਾ ਅਤੇ ਮੇਰੇ ਕੰਮ ਨਹੀਂ ਬਣਨਾ ਹੈਗਾ। ਅਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਚਾਕੂ ਦਾ ਵੱਡੇ ਨਹੀਂ ਖਾਣਾ, ਦੂਜੇ ਨੰਬਰ 'ਤੇ ਕਿਸੇ ਦਾ ਜੂਠਾ ਨਹੀਂ ਖਾਣਾ, ਤੀਜੇ ਨੰਬਰ 'ਤੇ ਕਿਸੇ ਨੂੰ ਗਾਲ ਮੰਦਾ ਨਹੀਂ ਬੋਲਣਾ। ਜਿਹਨੂੰ ਅਸੀਂ ਲੰਗੂਰ ਬਣਾਇਆ ਉਹ ਉਸ ਨੂੰ ਅਸੀਂ ਕਹਿਣ ਨਹੀਂ ਕਹਿਣਾ ਕਿ ਤੂੰ ਕਿਉਂ ਮਤਲਬ ਕਿ ਹੈ ਕਰਨਾ ਕੀ ਕਰਨਾ ਪਿਆ। ਅਗਰ ਅਸੀਂ ਮੈਂ ਆਪਣੇ ਆਪ ਨੂੰ ਪਵਿੱਤਰ ਰੱਖਾਂਗੇ, ਸਾਫ਼ ਰੱਖਾਂਗੇ, ਕੁਛ ਨਾ ਕੁਛ ਮੈਂ ਸਾਨੂੰ ਹਾਸਲ ਹੋਏਗਾ। ਜੇ ਅਗਰ ਜ਼ਮੀਨ 'ਤੇ ਕਹਿੰਦੇ ਸੋਣਾ, ਜ਼ਮੀਨ 'ਤੇ ਇਸ ਕਰਕੇ ਕਹਿੰਦੇ ਨੇ ਕਿ ਹਨੂੰਮਾਨ ਦੇ ਵਿੱਚ ਇੰਨੀ ਤਾਕਤ ਹੈ ਕਿ ਜ਼ਮੀਨ 'ਤੇ ਤੁਸੀਂ ਉਸ ਪੁੰਜੇ ਲੰਮੇ ਵੀ ਪੈ ਜਾਣਾ, ਤੁਹਾਡੇ ਲਾਗੇ ਕੋਈ ਜਾਨਵਰ ਨਹੀਂ ਲੱਗੇਗਾ, ਕੋਈ ਕੀੜਾ ਨਹੀਂ ਕੁਛ ਹੋਏਗਾ। ਇਸ ਕਰਕੇ ਕਿ ਅਸੀਂ ਤਾਂ ਕਿ ਪੁੰਜੇ ਆਸਣ ਲਾਈਦਾ। ਤੁਸੀਂ ਜਿਹੜਾ ਇਹ ਬਾਣਾ ਪੁਸ਼ਾਕ ਪਾਈ ਹੋਈ ਹੈ, ਹਰ ਸਮੇਂ ਫਿਰ ਇਸੇ ਪੁਸ਼ਾਕ ਦੇ ਵਿੱਚ ਰਹਿੰਦੇ? ਵੇਖੋ ਜੀ, ਮੈਂ ਤਾਂ ਹਰ ਟਾਈਮ ਦਾ ਮੇਰਾ ਆਪਾਂ ਇਹ ਨਹੀਂ ਬਣਾਏ ਹੈਗੇ, ਇਹ ਬਣਾਏ ਲੋਕਾਂ ਨੇ ਹੋਏ ਨੇ ਕਿ ਇਹ ਮੇਰੀ ਕੱਪੜਾ ਦੇ ਦਿੰਦੇ ਨੇ, ਮੈਂ ਸਵਾ ਲੈਣਾ ਅਤੇ ਪਾ ਲੈਣਾ। ਤਕਰੀਬਨ ਮੈਨੂੰ ਅੱਜ 45 ਸਾਲ ਹੋ ਗਏ ਨੇ ਭਾਈ ਇਹ ਕੱਪੜੇ, ਇਹ ਕੱਪੜੇ। ਜੇਕਰ ਮੇਰਾ ਕੋਈ ਕੱਪੜਾ ਵੀ ਦੇਖ ਲੈਣਗੇ ਤੁਸੀਂ ਕਿ ਯਾਰ ਇਹ ਤਾਂ ਹਨੂੰਮਾਨ ਦਾ ਹੈਗਾ। ਅੱਜ ਵੀ ਫਿਰ ਉਸੇ ਵੇਸ਼ਭੂਸ਼ਾ ਤਾਂ ਕਰਦੇ ਹੋ, ਰੂਪ ਧਾਰਨ ਕਰਦੇ ਹਨੂੰਮਾਨ ਜੀ ਦਾ? ਹਾਂਜੀ, ਮੈਂ ਸ਼ਾਮ ਨੂੰ 5 ਵਜੇ ਨਾਲ 6 ਵਜੇ ਨਾਲ ਨਹਾ ਧੋ ਕੇ ਮਹਾਰਾਜ ਨੂੰ ਯਾਦ ਕਰਕੇ ਅਤੇ ਬੰਨਣਾ ਚਾਲੂ ਹੋ ਜਾਂਦਾ। ਮੇਰੇ ਨਾਲ ਮੇਰੇ ਬੱਚੇ ਵੀ ਬਣਦੇ ਨੇ, ਹਾਂ ਸਾਰਾ ਪਰਿਵਾਰ ਬਣਦਾ, ਜਿਹਦੇ ਵਿੱਚ ਸੋਨੂ ਹੈਗਾ, ਨੈਤਿਕ ਹੈਗਾ, ਹੈਂ ਛੋਟਾ ਪੋਤਰਾ ਨਿਕਾ ਜਾਂਦਾ ਪੋਤਰਾ ਹੈਗਾ, ਉਹ ਵੀ ਬਣਨਾ ਪਰਸੋਂ ਚਾਲੂ ਹੈ ਕਿ ਮੈਂ ਬਣਨਾ ਹੈਗਾ। ਛੋਟਾ ਜਿਹਾ ਗੱਲ ਹੈ, ਬੋਲਦਾ ਨਹੀਂ ਸੀ ਇਹ, ਅੱਜ ਤੋਂ 8 ਦਿਨ ਪਹਿਲਾਂ 10 ਦਿਨ ਪਹਿਲਾਂ ਤੁਰਦਾ ਨਹੀਂ ਸੀ, ਮੈਂ 5 ਸਾਲ ਦਾ ਬੱਚਾ ਹੈਂਡੀਕੈਪ ਸੀ, ਅਤੇ ਅਸੀਂ ਇਹਨੂੰ ਤੁਰਾ ਕੇ ਰੱਖਤਾ ਬਜਰੰਗ ਬਲੀ, ਜਾਂ ਤੁਰ ਕੇ ਆਵੇ ਤੇਰੇ ਦਰ ਦੇ ਉੱਤੇ, ਅਗਰ ਤੇਰੇ ਦਰ 'ਤੇ ਤੁਰ ਕੇ ਆਏਗਾ ਤਾਂ ਇਹਨੂੰ ਦੂਜੇ ਦਿਨ ਹੀ ਪਛਾਕ ਮੌਕੇ ਦਾ ਗਵਾਹ ਬਣਾਇਆ ਇਹਨੂੰ ਕਿ ਕੱਪੜੇ ਤੋਂ ਮੌਕੇ ਸਵਾ ਕੇ ਸਭ ਕੁਛ ਸਵਾ ਦਿੱਤਾ। ਅਸੀਂ ਕਹਿੰਦੇ ਕੋਈ ਗੱਲ, ਮਹਾਰਾਜ ਸ਼ੁਕਰ ਹੈ, ਤੁਰਦਾ ਹੀ ਆ ਉੱਥੇ ਤੱਕ। ਹੁਣ ਤੱਕ ਕਿੰਨੇ ਕੁ ਤੁਹਾਡੇ ਕੋਲ ਨੌਜਵਾਨ ਜਿਹੜੇ ਬੱਚੇ ਨੇ ਜਿਹੜੇ ਆ ਕੇ ਇਸ ਵੇਸ਼ਭੂਸ਼ਾ ਦੇ ਵਿੱਚ ਆ ਕੇ ਤੁਹਾਡੇ ਕੋਲ ਬਜਰੰਗੀ ਸੈਨਾ ਦੇ ਵਿੱਚ ਜਿਹੜੇ ਭਰਤੀ ਹੋਏ ਨੇ, ਜਿਹੜੇ ਕਿ ਹਰ ਸਾਲ ਬਜਰੰਗੀ ਸੈਨਾ ਦੇ ਵਿੱਚ ਭਾਗ ਲੈਂਦੇ ਨੇ? ਦੇਖੋ ਜੀ, ਗੱਲ ਇਸ ਤਰ੍ਹਾਂ ਇਹ ਹੈ ਕਿ ਮੁੰਡੇ ਤਾਂ ਬੜੇ ਹੈਗੇ ਨੇ, ਪਰ ਕੰਮ ਦਾ ਕੋਈ ਨਹੀਂ, ਕੋਈ ਕਿਸੇ ਦਾ ਬੜੂਆ ਕੱਢ ਲੈਂਦਾ, ਕੋਈ ਕਿਸੇ ਦਾ ਚੱਪਲ ਚੁੱਕ ਲੈਂਦਾ, ਕੋਈ ਕਿਸੇ ਦੇ ਘਰ 'ਚ ਚੋਰੀ ਕਰ ਲੈਂਦਾ, ਪਰ ਇਹ ਸੋਚਿਆ ਕਿ ਮੈਂ ਸਾਰੇ 3 ਦੇ 3 ਮੁੰਡੇ ਬਾਹਰ ਕੱਢਦੇ। ਚੰਗੀ ਸਿੱਖਿਆ ਲੈ ਕੇ ਜਾਣੀ ਚਾਹੀਦੀ ਹੈ, ਜਿਵੇਂ ਤੁਸੀਂ ਦੱਸਿਆ ਕਿ ਬੰਦੇ ਜ਼ਰੂਰ ਨੇ ਪਰ ਆਦਤਾਂ ਨਹੀਂ ਸੁਧਾਰਦੇ, ਕੀ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਵੇਖੋ, ਇੱਕ ਮਹਾਨ ਰੂਪ ਧਾਰਦੇ ਨੇ ਹਨੂੰਮਾਨ ਜੀ ਦਾ, ਅਤੇ ਚੰਗੀ ਸਿੱਖਿਆ ਲੈ ਕੇ ਜਾਣੀ ਚਾਹੀਦੀ ਹੈ। ਜੇ ਆਪਾਂ 10 ਦਿਨ ਚੰਗੀ ਉਸ ਵੇਸ਼ਭੂਸ਼ਾ ਦੇ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅੱਗੇ ਵਾਸਤੇ ਵੀ ਉਵੇਂ ਦਾ ਜੀਵਨ ਆਪਣਾ ਸੁਧਾਰਨਾ ਚਾਹੀਦਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿੰਨੇ ਵੀ ਹਨੂੰਮਾਨ ਬੰਦੇ ਪਏ ਨੇ ਆਪਣੇ ਅੰਮ੍ਰਿਤਸਰ ਦੇ ਵਿੱਚ, ਇੱਕ ਬੰਦੇ ਨਾਲ 2-2 ਬੰਦੇ 3-3 ਬੰਦੇ ਜਾਣੇ ਨੇ ਮੰਦਰ, ਅਤੇ ਉਹਦੇ ਵਿੱਚ ਸਾਨੂੰ ਕਿਸੇ ਵੀ ਮੱਥੇ 'ਤੇ ਲੈ ਆ ਕਿ ਇਹ ਕੌਣ ਹੈਗਾ। ਜੇ ਅਗਰ ਸਾਨੂੰ ਇਹ ਪਤਾ ਹੋਵੇ ਤਾਂ ਅਸੀਂ ਨਾਲ ਨਾਲ ਲੈ ਕੇ ਚੱਲੀਏ ਉਹਨਾਂ ਨੂੰ, ਇਹ ਕੋਈ ਨਵੀਂ ਇਹ ਜਿਹੜੀ ਚੋਰੀ ਵਾਲੀ ਪ੍ਰਥਾ ਨਵੀਂ ਨਹੀਂ ਹੈਗੀ,
ਇਹ 1970 ਤੋਂ ਬਾਅਦ 75 ਤੋਂ ਬਾਅਦ ਚਾਲੂ ਹੋਈ ਜੀ ਇਹ, ਅਤੇ ਹੁਣ ਆ ਗਿਆ 24-25 ਸਾਲ। ਇਹਦਾ ਮਤਲਬ ਜ਼ਰੂਰਤ ਤੋਂ ਜ਼ਿਆਦਾ ਬਣੇ ਮੁੰਡੇ ਹੱਥ ਤੋਂ ਹੱਥ ਲੋਕ ਚੋਰੀਆਂ ਕਰਦੇ ਹੋਏ ਜੇ ਜੇ ਨਾਲ ਕਹਿੰਦੇ ਵੀ ਮੇਰੀ ਬੋਡੀਗਾਰਡ ਜੀ, ਅਸੀਂ ਇਹਨਾਂ ਦੇ ਸੇਵਾਦਾਰ ਹਾਂ ਜੀ। ਪਰ ਨਹੀਂ, ਇਹ ਸੇਵਾਦਾਰ ਅਸਾਂ ਨਹੀਂ ਹੁੰਦੇ। ਸੇਵਾਦਾਰ ਜਿਸ ਪਾਰਟੀ ਦੇ ਮੰਤਰ ਨਾਲ ਬਣੇ ਨੇ, ਉਹ ਮੰਤਰ ਨੂੰ ਆਪਣੇ ਬਿੱਲੇ ਛਪਾਉਣੇ ਚਾਹੀਦੇ, ਉਹਨਾਂ ਨਾਲ ਡਿਸਟ੍ਰੀਬਿਊਟ ਕਰਨਾ ਚਾਹੀਦਾ, ਵੰਡਣਾ ਚਾਹੀਦੇ ਨੇ। ਅਗਰ ਉਹ ਨਾ ਵੰਡੇ ਤਾਂ ਉਹਦੀ ਗਲਤੀ ਹੈ, ਬੰਦਾ ਫੜਿਆ ਜਾਵੇ ਤਾਂ ਛੁੜਾਉਣ ਚਲੇ ਜਾਂਦੇ ਨੇ। ਇਹ ਨਹੀਂ ਹੋਣਾ ਚਾਹੀਦਾ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਗਰ ਸਜ਼ਾ ਦੇ ਸਕਦੇ ਹੋ ਤੁਸੀਂ ਠੀਕ ਹੈ, ਨਹੀਂ ਦੇ ਸਕਦੇ ਬੰਦ ਕਰ ਦਿਓ। ਜੇ ਉਸ ਸਮੇਂ ਦੀ ਗੱਲ ਕਰੀਏ ਜਦੋਂ ਤੁਸੀਂ ਬਣਦੇ ਸੀ, ਤਾਂ ਅੱਜ ਦੀ ਸਮੇਂ ਦੀ ਗੱਲ ਕਰੀਏ, ਕਿੰਨਾ ਕੁ ਫਰਕ ਲੱਗਦਾ? ਕਿਉਂਕਿ ਉਸ ਸਮੇਂ ਤੋਂ ਅੱਜ ਦੇ ਸਮੇਂ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਅੱਜ ਦਾ ਸਮਾਂ ਅਤੇ ਉਸ ਸਮੇਂ ਨਾਲ ਬੜੀ ਪਿੱਛੇ ਹੈਗਾ, ਬੜੀ ਪਿੱਛੇ ਹੈ। ਜਿੱਥੇ ਅਸੀਂ ਕੋਈ ਜੱਤੀ ਦੇ ਘਰ ਗਏ, ਜੱਤੀ ਦੇ ਘਰ ਗਏ, ਉੱਥੇ ਉਹਨਾਂ ਨੇ ਬਾਬਾ ਸਾਡੀ ਸੇਵਾ ਕੀਤੀ। ਮੁੰਡੇ ਬਣੇ ਸੀ 20 ਮੁੰਡੇ। ਉਸ ਵੇਲੇ ਜੱਤੀ ਦਾ ਪਰਿਵਾਰ ਜਿਹੜਾ ਸੀ ਨਾ, ਭੈਣ ਉਹਦੀ, ਉਹ ਇੱਥੇ ਜਾਂਦੇ ਹੁੰਦੇ ਸੀ ਸੁਨਹਿਰਾ ਖੋ, ਕਿ ਉੱਥੇ ਇੱਕ ਮੁੰਡੇ ਨੇ ਕਿਸੇ ਨੇ ਸਾਡੇ ਨਾਲ ਨਹੀਂ ਹੈਗਾ ਸੀ, ਕਿਸੇ ਨਾਲ ਨਹੀਂ ਹੈਗਾ ਸੀ। ਉਹ ਆਣ ਕੇ ਉਹਨੇ ਮੋਬਾਈਲ ਕੱਢਿਆ, ਲੈ ਕੇ ਚਲਾ ਗਿਆ। ਉਹ ਕਹਿੰਦੇ ਸਾਡਾ ਮੋਬਾਈਲ ਚੁੱਕਿਆ ਗਿਆ ਸੀ। ਅਸੀਂ ਕਿਹਾ ਕੋਈ ਗੱਲ ਨਹੀਂ, ਜੇ ਚੁੱਕਿਆ ਗਿਆ ਤਾਂ ਅਸੀਂ ਉਹਨਾਂ ਨੂੰ ਫੜ ਲੈਂਦੇ। ਮੈਂ ਸਾਰੇ ਮੁੰਡਿਆਂ ਨੂੰ ਆਵਾਜ਼ ਦੀ, ਮੈਂ ਕਿਹਾ ਕੋਠੇ ਆਓ। ਕਹਿੰਦਾ ਕੀ ਗੱਲ? ਮੈਂ ਕਿਹਾ ਯਾਰ, ਉਹ ਕਿੰਨਾ ਲੈਂਦਾ ਤੁਹਾਨੂੰ? ਉਹਨਾਂ ਨੇ ਪੈਸੇ ਪੂਏ ਦੇਣੇ ਨੇ, ਅਤੇ ਮੈਨੂੰ ਨਹੀਂ ਪਤਾ ਕਿ ਕੀ ਦੇਣਾ। ਸਾਰੇ ਆ ਗਏ ਕਿ ਪੈਸੇ ਮਿਲ ਗਏ। ਜਿਹਨੇ ਮੋਬਾਈਲ ਚੁੱਕਿਆ ਉਹ ਨਾ ਆਇਆ ਉੱਥੇ। ਮੈਂ ਕਿਹਾ ਉਹ ਮੁੰਡੇ ਫੜ ਕੇ ਲਿਆਓ। ਉਹਨੇ ਲਿਆਂਦਾ, ਉਹ ਕਿਸੇ ਕਿਸੇ ਬੋਲੇ, ਪਰ ਉਹਦੇ ਆਪਣੇ ਕੋਲ ਨਹੀਂ, ਉਹ ਥਰਡ ਬੰਦੇ ਕੋਲ ਲਗਾ ਦੀ, ਥਰਡ ਬੰਦੇ ਕੋਲੋਂ। ਫਿਰ ਉਹਨੇ ਫੜਿਆ, ਫੜ ਕੇ ਦਿੱਤਾ ਉਹਨੂੰ। ਫਿਰ ਉਹ ਸਾਡੀ ਜਾਨ ਖਲਾਸੀ ਹੋਈ। ਲਾਸਟ ਸਵਾਲ ਹੈ, ਕੀ ਕਹਿਣਾ ਚਾਹੋਗੇ ਕਿ ਇਸ ਵੇਸ਼ਭੂਸ਼ਾ ਦੇ ਵਿੱਚ ਜਿਹੜੇ ਕਿ ਰਹਿੰਦੇ ਨੇ, ਬਜਰੰਗੀ ਸੈਨਾ ਵਿੱਚ ਭਾਗ ਲੈਂਦੇ ਨੇ, ਟੀਮਾਂ ਵਿੱਚ ਭਾਗ ਲੈਂਦੇ ਨੇ, ਕਿ ਉਹਨਾਂ ਨੂੰ ਆਪਣੀਆਂ ਕੁਰਾਇਤਾਂ ਛੱਡ ਦੇਣੀ ਚਾਹੀਦੀਆਂ ਨੇ? ਕਿਉਂਕਿ ਜੇ ਆਪਾਂ 10 ਦਿਨ ਲਈ ਕੁਰਾਇਤਾਂ ਛੱਡ ਸਕਦੇ, ਸਾਰੀ ਉਮਰ ਲਈ ਕਿਉਂ ਨਹੀਂ ਛੱਡ ਸਕਦੇ? ਕੀ ਕਹਿਣਾ ਚਾਹੋਗੇ? ਜੇ ਕੋਈ ਗੱਲ ਇਸ ਤਰ੍ਹਾਂ ਹੈਗੀ ਹੈ, ਹੋਰ ਸਭ ਕੁਝ ਸਕਦਾ, ਪਰ ਜਿਹੜੇ ਮੁੰਡੇ ਸ਼ਰਾਰਤੀ ਹੁੰਦੇ ਨਾ, ਉਹ ਕੋਈ ਨਾ ਕੋਈ ਉਹਨਾਂ ਨੂੰ ਆਦਤ ਪਾਉਂਦੇ ਨੇ। ਅਗਰ ਮੁੰਡਾ ਘਰੋਂ ਆਉਂਦਾ ਕਿ ਮੈਂ ਮਸੀਤਾਂ ਮਤਲਬ ਪਾਰਟੀ ਨਹੀਂ ਜਾ ਰਿਹਾ, ਅਗਰ ਰਸਤੇ 'ਚ ਉਹਨੂੰ ਕੋਈ ਨਸ਼ਾ ਕਰਾਉਂਦਾ, ਤਾਂ ਉਹਦਾ ਜ਼ਿੰਮੇਵਾਰ ਉਹ ਹੋਣਾ ਚਾਹੀਦਾ ਬੰਦਾ, ਜਿਹੜਾ ਮੰਤਰ ਹੈ। ਇਹ ਮੰਤਰ ਨੂੰ ਚਾਹੀਦਾ ਕਿ ਮੈਂ ਕੀ ਕਿਹੜਾ ਕਿਹੜਾ ਮੁੰਡਾ ਲਿਜਾਣਾ, ਕਿਹੜਾ ਕਿਹੜਾ ਨਹੀਂ ਲਿਜਾਣਾ। ਉੱਥੇ ਹਜ਼ਾਰਾਂ ਬੱਚੇ ਨੇ, ਜੇ ਉਹਦੇ ਚੋਰ ਵੀ ਆਉਣੇ, ਚੱਕੇ ਵੀ ਆਉਣੇ, ਉਹਦੇ ਵਿੱਚ ਨਸ਼ੇੜੀਏ ਵੀ ਆਉਣੇ, ਉਹ ਰਸ਼ ਹੁੰਦਾ, ਇੰਨਾ ਪਤਾ ਲੱਗਦਾ ਨਹੀਂ ਕਿਸੇ ਨੂੰ। ਆਪਣੀ ਸਮਝ ਤਾਂ ਹੋਣੀ ਚਾਹੀਦੀ ਵੀ ਅਸੀਂ ਚੰਗੇ ਕਰਮ ਲਈ ਜਾ ਰਹੇ ਹਾਂ, ਉਸ ਰੂਪ ਦੇ ਵਿੱਚ ਧਾਰਨਾ ਅਤੇ ਉਸ ਦਰ 'ਤੇ ਜਾ ਰਹੇ ਹਾਂ, ਸਾਨੂੰ ਚੰਗੇ ਇਨਸਾਨ ਬਣ ਕੇ ਜਾਣਾ ਚਾਹੀਦਾ, ਸਾਨੂੰ ਇਹ ਗਲਤ ਕੰਮ ਨਹੀਂ ਕਰਨੇ ਚਾਹੀਦੇ, ਆਪਣੇ ਆਪ 'ਚ ਵੀ ਸਮਝ ਹੋਣੀ ਚਾਹੀਦੀ ਹੈ। ਜੇ ਕੋਈ ਅਸੀਂ ਤਾਂ ਇਹ ਕੋਸ਼ਿਸ਼ ਕਰਦੇ ਹਾਂ ਕਿ ਸਮਝਾਉਂਦੇ ਹਾਂ, ਜਿਹੜਾ ਨਾ ਸਮਝੇ ਤਾਂ ਫਿਰ ਭਰਾਵਾ ਕੱਲ੍ਹ ਤੋਂ ਨਾ ਆਉਣਾ ਤੁਸੀਂ। ਮੈਂ ਇਹ ਇੱਕ ਨਿੱਕੀ ਨਹੀਂ ਹੋਇਆ ਕਰਕੇ ਤੇਰੇ ਮੁੰਡੇ ਕੱਢੇ ਰਹੇ, ਮੇਰਾ ਆਪਣਾ ਖੁਦ ਮੋਬਾਈਲ ਚੁੱਕਿਆ ਗਿਆ ਹੈ। ਮੈਂ ਫਿਰੋਜ਼ਪੁਰ ਆਹੀ ਪ੍ਰੋਗਰਾਮ ਕਰਕੇ ਰਾਤ ਨੂੰ 2:30 ਅਤੇ ਉੱਧਰੋਂ ਬੱਤੀ ਚੱਲੀ ਗਈ, ਉਦੋਂ ਮੇਰਾ ਮੋਬਾਈਲ ਗੈਪ ਹੋ ਗਿਆ ਸੀ। ਅੱਜ ਕਿੰਨੀ ਉਮਰ ਹੋ ਚੁੱਕੀ ਤੁਹਾਡੀ? ਮੇਰੀ ਉਮਰ ਹੈਗੀ ਹੈ 76। ਅੱਜ ਵੀ ਫਿਰ ਉਵੇਂ ਬਿਲਕੁਲ? ਹਾਂਜੀ, ਇਹ ਮੇਰਾ ਪੈਰ ਠੀਕ ਹੋ ਜਾਂਦਾ ਨਾ ਥੋੜ੍ਹਾ ਜਿਹਾ, ਕੁਛ ਕੋਈ ਕੋਈ ਗੱਲ ਨਹੀਂ ਇਹੋ ਜਿਹੀ, ਤੁਰ ਫਿਰ ਮੈਂ ਸਕਦਾ ਹੁਣ, ਪਹਿਲਾਂ ਨਹੀਂ ਤੁਰ ਫਿਰ ਸਕਦਾ ਸੀ। ਇਸੇ ਜਗ੍ਹਾ 'ਤੇ ਰਹਿੰਦੇ ਸ਼ੁਰੂ ਤੋਂ ਹੀ? ਹਾਂਜੀ, ਇੱਥੇ ਸਾਨੂੰ ਤਕਰੀਬਨ
1988 ਦੇ ਆਏ ਹਾਂ ਅਸੀਂ। ਬਿਲਕੁਲ ਜੀ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਬਿਲਕੁਲ ਪਿੱਛੇ ਦਿਖਾ ਦੇਣ। ਇਹ ਇਸੇ ਅਸਥਾਨ 'ਤੇ 1975 ਤੋਂ 80 ਤੋਂ ਇੱਥੇ ਹੀ ਜਿਹੜੇ ਕਿ ਸ਼ੁਰੂਆਤੀ ਦੌਰ ਦੇ ਵਿੱਚੋਂ ਇੱਥੇ ਰਹਿ ਰਹੇ ਨੇ, ਅਤੇ ਇਸੇ ਤਰ੍ਹਾਂ ਹੀ ਜਿਹੜੀ ਕਿ ਰਾਮਲੀਲਾ ਬਣਦੇ ਨੇ, ਹਨੂੰਮਾਨ ਜੀ ਦਾ ਇਹ ਰੂਪ ਵੇਸ਼ ਜਿਹੜਾ ਧਾਰਨ ਕਰਦੇ ਨੇ, ਅਤੇ ਸ਼ੁਰੂਆਤੀ ਦੌਰ ਦੇ ਵਿੱਚੋਂ ਇਹ ਸ਼ੁਰੂਆਤ ਹੋਈ, ਅਤੇ ਉਸ ਸਮੇਂ ਹੀ ਇਹਨਾਂ ਨੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ, ਅਤੇ ਅੱਜ ਤੱਕ ਅਨੇਕਾਂ ਹੀ ਨੌਜਵਾਨਾਂ ਨੂੰ ਇਹਨਾਂ ਵੱਲੋਂ ਜਿਹੜਾ ਕਿ ਰਾਮਲੀਲਾ ਦੇ ਵਿੱਚ ਹਨੂੰਮਾਨ ਜੀ ਦਾ ਜਿਹੜੇ ਕਿ ਵੇਸ਼ਭੂਸ਼ਾ ਧਾਰਨ ਕੀਤੀ ਜਾਂਦੀ ਹੈ ਉਹਨਾਂ ਦੇ ਨਾਲ ਜੋੜਿਆ ਹੈ। ਬਜਰੰਗੀ ਸੈਨਾ ਦੇ ਵਿੱਚ ਅਨੇਕਾਂ ਹੀ ਨੌਜਵਾਨ ਭਾਗ ਲੈਂਦੇ ਨੇ, ਸੋ ਚੰਗੀਆਂ ਚੀਜ਼ਾਂ ਇਹਨਾਂ ਨੇ ਦੱਸੀਆਂ ਨੇ, ਚੰਗੀ ਸਿੱਖਿਆਵਾਂ ਦੱਸੀਆਂ ਨੇ। ਜਿਹੜੇ ਨੌਜਵਾਨ ਭਾਗ ਲੈਂਦੇ ਨੇ ਉਹਨਾਂ ਨੂੰ ਚੰਗੀ ਸਿੱਖਿਆ ਲੈਣੀ ਚਾਹੀਦੀ ਹੈ, ਕੁਰਾਇਤ ਤੋਂ ਬਚਣਾ ਚਾਹੀਦਾ ਹੈ, ਚੋਰੀ ਚਕਾਰੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਜਿਹੜੇ 9-10 ਦਿਨ ਨਸ਼ਾ ਨਹੀਂ ਕਰਨਾ ਚਾਹੀਦਾ ਕਿਸੇ ਪ੍ਰਕਾਰ ਦਾ, ਕਿਉਂਕਿ ਜਿਹੜੇ 10 ਦਿਨ ਇਹ ਚੀਜ਼ਾਂ ਛੱਡ ਸਕਦੇ ਨੇ ਤਾਂ ਸਾਰੀ ਉਮਰ ਲਈ ਕਿਉਂ ਨਹੀਂ ਛੱਡ ਸਕਦੇ। ਸੋ ਬਹੁਤ ਹੀ ਚੰਗੀ ਸਿੱਖਿਆ ਦਿੱਤੀ ਹੈ, ਅਤੇ ਅੱਜ ਤਕਰੀਬਨ 76 ਸਾਲ ਦੀ ਇਹਨਾਂ ਦੀ ਉਮਰ ਹੋ ਚੁੱਕੀ ਹੈ, ਅਤੇ ਇਸ ਉਮਰ ਦੇ ਵਿੱਚ ਵੀ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ, ਹਨੂੰਮਾਨ ਜੀ ਦੇ ਨਾਲ ਜਿਹੜੀ ਕਿ ਅੱਜ ਵੀ ਇਹ ਰੋਲ ਕਰਦੇ ਨੇ, ਸ਼ਾਮ ਨੂੰ ਡੇਲੀ ਇਹ ਵਸਤਰ ਧਾਰਨ ਕਰਦੇ ਨੇ। ਜੇ ਵਸਤਰ ਦੀ ਗੱਲ ਕਰੀਏ ਤਾਂ ਜਿਹੜੀ ਵੇਸ਼ਭੂਸ਼ਾ ਇਹਨਾਂ ਨੇ ਹੁਣ ਪਾਈ ਹੋਈ ਹੈ, ਇਹ ਲਗਾਤਾਰ ਸਾਰੀ ਜ਼ਿੰਦਗੀ ਇਹਨਾਂ ਨੇ ਪਾਈ ਹੋਈ ਹੈ, ਅਤੇ ਇਹ ਕਿਸੇ ਵੀ ਸਮੇਂ ਇਹ ਨਹੀਂ ਉਤਾਰਦੇ, ਇਸੇ ਵੇਸ਼ਭੂਸ਼ਾ ਵਿੱਚ ਰਹਿੰਦੇ ਨੇ। ਆਮ ਜਿਹੜੀ ਦੁਨਿਆਵੀ ਕੱਪੜੇ ਉਹ ਨਹੀਂ ਪਹਿਨਦੇ, ਇਸੇ ਵੇਸ਼ਭੂਸ਼ਾ ਦੇ ਵਿੱਚ ਰਹਿੰਦੇ ਨੇ, ਸੋ ਜਿਹੜੀ ਕਿ ਬਜਰੰਗੀ ਸੈਨਾ ਵਿੱਚ ਸ਼ਾਮ ਨੂੰ ਇਹ ਭਾਗ ਲੈਂਦੇ ਨੇ। ਜੇ ਗੱਲ ਕਰੀਏ ਪੂਰਾ ਪਰਿਵਾਰ ਹੀ ਇਸ ਵਿੱਚ ਭਾਗ ਲੈਂਦਾ ਹੈ, ਸੋ ਲੰਗੂਰ ਮੇਲਾ ਜਿਹੜਾ ਕਿ ਨਰਾਤਿਆਂ ਦੇ ਦਿਨਾਂ ਵਿੱਚ ਚੱਲਦਾ ਹੈ, ਅਤੇ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ। ਸੁਰਖਾਬ ਟੀ ਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ, ਅੰਮ੍ਰਿਤਸਰ।